ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਆਪਾਂ ਅੱਜ ਜਿਹੜੇ ਪਰਮਲ ਦੀ ਸਬਜ਼ੀ ਬਣਾਵਾਂਗੇ, ਅਸੀਂ ਇਹਨਾਂ ਨੂੰ ਪਰਮਲ ਬੋਲਦੇ ਹਾਂ, ਤੁਹਾਡਾ ਪਤਾ ਨਹੀਂ ਤੁਸੀਂ ਕੀ ਬੋਲਦੇ ਹੋਵੋਗੇ, ਹੈ ਨਾ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕੀ ਬੋਲਦੇ ਹੋ। ਅਤੇ ਹੁਣ ਆਪਾਂ ਉਹਨਾਂ ਨੂੰ ਅੱਜ ਫਰਾਈ ਕਰਕੇ ਭਰ ਕੇ ਬਣਾਵਾਂਗੇ ਕਰੇਲਿਆਂ ਦੀ ਤਰ੍ਹਾਂ। ਅਤੇ ਆਓ ਸ਼ੁਰੂ ਕਰਦੇ ਅੱਜ ਦੀ ਨਵੀਂ ਵੀਡੀਓ। ਇਹ ਵਾਲੇ ਨੇ ਸਾਡੇ ਪਰਮਲ, ਅਤੇ ਇੱਧਰ ਅਸੀਂ ਜਿਹੜਾ ਲੂਣ ਮਿਰਚ ਮਸਾਲਾ ਉਹ ਵੀ ਮਿਕਸ ਕਰ ਲਿਆ ਹੋਇਆ ਵਾ, ਥੋੜ੍ਹਾ ਜਿਹਾ ਪਾਣੀ ਪਾਇਆ ਵਾ। ਜੇਕਰ ਤੁਸੀਂ ਚਾਹੋ ਤਾਂ ਸੁੱਕਾ ਵੀ ਪਾ ਸਕਦੇ ਹੋ। ਹੁਣ ਆਪਾਂ ਇਹਨਾਂ ਨੂੰ ਭਰਾਂਗੇ, ਅਤੇ ਭਰ ਕੇ ਇੱਧਰ ਆਪਣਾ ਤੇਲ ਗਰਮ ਹੁੰਦਾ ਪਿਆ, ਇਹਦੇ 'ਚ ਫਰਾਈ ਕਰਾਂਗੇ। ਲਓ ਜੀ, ਇਸ ਤਰੀਕੇ ਨਾਲ ਆਪਾਂ ਜਿਹੜਾ ਆਪਣਾ ਲੂਣ ਮਿਰਚ ਇਹਦੇ 'ਚ ਭਰ ਲਿਆ ਵਾ, ਅਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ। ਜਿਹੜਾ ਗੈਸ ਆ ਉਹ ਆਪਾਂ ਘੱਟ ਹੀ ਰੱਖਾਂਗੇ। ਤੁਸੀਂ ਇਹਨਾਂ ਨੂੰ ਚੀਰ ਕੇ ਵੀ ਬਣਾ ਸਕਦੇ ਹੋ, ਪਿਆਜ਼ ਗੰਢੇ ਪਾ ਕੇ, ਪਿਆਜ਼ ਪਾ ਕੇ, ਅਤੇ ਭਰ ਕੇ ਵੀ ਬਣਾ ਸਕਦੇ ਹੋ। ਬਾਕੀ ਸਾਡਾ ਪਰਿਵਾਰ ਤਾਂ ਭਰ ਕੇ ਪਸੰਦ ਕਰਦਾ, ਸੋ ਇਸ ਲਈ ਅਸੀਂ ਭਰ ਕੇ ਬਣਾਉਂਦੇ ਹਾਂ। ਇਹ ਬਹੁਤ ਜਲਦੀ ਬਣ ਜਾਂਦੀ ਹੈ। ਇਹ ਵੇਲ ਆਪਾਂ ਘਰ 'ਚ ਵੀ ਲਾ ਸਕਦੇ ਹਾਂ, ਇਹਨਾਂ ਦੀ ਵੇਲ ਹੁੰਦੀ ਹੈ ਇੱਕ। ਲਓ ਜੀ, ਇੱਕ ਸਾਈਡ ਆਪਣੀ ਇਹਨਾਂ ਦੀ ਪੱਕ ਚੁੱਕੀ ਆ, ਅਤੇ ਹੁਣ ਆਪਾਂ ਇਹਨਾਂ ਦਾ ਪਾਸਾ ਚੇਂਜ ਕਰ ਦਾਂਗੇ ਤਾਂ ਕਿ ਦੂਸਰੀ ਸਾਈਡ ਵੀ ਇਹਨਾਂ ਦੀ ਬਣ ਜਾਵੇ। ਲਓ ਜੀ, ਇੱਕ ਵਾਰ ਫਿਰ ਆਪਾਂ ਇਹਨਾਂ ਨੂੰ ਪਲਟ ਕੇ ਦੇਖ ਲਾਂਗੇ। ਅਤੇ ਆਪਾਂ ਜਾਂ ਚਾਕੂ ਜਾਂ ਤੁਹਾਡੇ ਕੋਲ ਇੱਦਾਂ ਦਾ ਚਮਚ ਹੈਗਾ, ਇਹਨੂੰ ਵਿੱਚ ਖੁਬਾ ਕੇ ਆਪਾਂ ਇੱਦਾਂ ਦੇਖ ਲਾਂਗੇ। ਆ ਵੇਖੋ, ਹੁਣ ਪੂਰਾ ਵਿੱਚ ਚਲਾ ਗਿਆ ਨਾ, ਇਸਦਾ ਮਤਲਬ ਕਿ ਆਪਣਾ ਹੁਣ ਬਣ ਚੁੱਕਿਆ ਵਾ। ਅਤੇ ਆਪਾਂ ਐਵੇਂ ਚੈੱਕ ਕਰਕੇ ਜਿਹੜੇ ਜਿਹੜੇ ਬਣੇ ਆ ਉਹਨਾਂ ਨੂੰ ਬਾਹਰ ਕੱਢ ਲਾਂਗੇ, ਅਤੇ ਬਾਕੀ ਜਿਹੜੇ ਹੋਰ ਆ ਨਵੇਂ ਉਹ ਵਿੱਚ ਪਾ ਲਾਂਗੇ। ਇਸ ਤਰੀਕੇ ਦੇ ਆਪਣੇ ਜਿਹੜੇ ਬਣ ਕੇ ਤਿਆਰ ਹੋਣਗੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਵੀ ਪਸੰਦ ਆਈ। ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ। ਜਲਦ ਹੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ ਵੀਡੀਓ ਨੂੰ ਅੰਤ ਤੱਕ ਵੇਖਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।